प्यारे विद्यार्थियों ਤੁਹਾਡਾ ਸਾਰਿਆਂ ਦਾ YouTube ਚੈਨਲ ਉੱਪਰ ਸਵਾਗਤ ਹੈ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਇੰਗਲਿਸ਼ ਦਾ ਐਸੇ ਇਹ ਜਰਨੀ ਬਾਈ ਟ੍ਰੇਨ ਕਿ ਰੇਲ ਗੱਡੀ ਦੁਆਰਾ ਯਾਤਰਾ ਤੇ ਇਸ ਯਾਤਰਾ ਦੇ ਵਿੱਚ ਅਸੀਂ ਜਾਵਾਂਗੇ ਚੰਡੀਗੜ੍ਹ ਤੋਂ ਦਿੱਲੀ ਉਹਨਾਂ ਸੀ ਲਿਖਾਂਗੇ ਲਾਸ ਸੰਡੇ ਆਈ ਟ੍ਰੈਵਲਡ ਫਰਮ ਚੰਡੀਗੜ੍ਹ ਟੂ ਦਿੱਲੀ ਬਾਈ ਟ੍ਰੇਨ ਪਿਛਲੇ ਐਤਵਾਰ ਮੈਂ ਚੰਡੀਗੜ੍ਹ ਤੋਂ ਦਿੱਲੀ ਗਿਆ रेलगड्डी द्वारा बाय ट्रेन मीन्स रेलगड्डी द्वारा आई रीच द रेलवे स्टेशन एंड ऑर बिफोर द डिपार्चर टाइम ऑफ द ट्रेन मैं रेलवे स्टेशन पहुंच गया गड्डी दे रवानगी तो पहले डिपार्चर टाइम होंगे रवानगी टाइम मीन्स कि जिस टाइम ट्रेन ने चलना होपार्चर टाइम वो टाइम ਜਿਸ ਟਾਈਮ ਤੇ ਟ੍ਰੇਨ ਨੇ ਚੱਲਣਾ ਹੋਵੇ ਤੇ ਮੈਂ ਰੇਲਵੇ ਸਟੇਸ਼ਨ ਤੇ ਪਹੁੰਚ ਗਿਆ ਇੱਕ ਘੰਟਾ ਪਹਿਲੇ ਟ੍ਰੇਨ ਦੀ ਰਵਾਨਗੀ ਤੋਂ I bought a ticket and came to the platform ਮੈਂ ਟਿਕਟ ਖਰੀਦਿਆ bought ਮੀਨਸ ਖਰੀਦਣਾ I bought a ticket and came to the platform ਤੇ ਪਲੇਟਫਾਰਮ ਤੇ ਆ ਗਿਆ ਕਮ ਦੀ ਸੈਕਿੰਡ ਫਾਰਮ ਲੱਗੀ ਹੋਈ ਆ came कि मैं टिकट खरीदया तो थे, प्लेटफॉर्म पर आ गया एट लास्ट द ट्रेन अराइवड आखिर विच ट्रेन आ गई अराइव मीनस आ जाना देयर वॉज़ ए ग्रेट रश ऑफ पीपल रश मीनस पीड़ उ लोगों की बहुत भीड सी इट वॉज़ वेरी डिफिकल्ट टू गैट ए सीट तो सीट लेना बड़ा ही मुश्किल का काम सी ਗੈਟ ਏ ਸੀਟ ਮੀਨਸ ਸੀਟ ਨੂੰ ਲੈਣਾ ਬਟ ਲੱਕਲੀ ਆਈ ਗਾਟ ਏ ਵੈਰੀ ਕੰਫਰਟੇਬਲ ਸੀਟ ਨੀਅਰ ਦਾ ਵਿੰਡੋ ਪਰ ਖੁਸ਼ ਕਿਸਤੀ ਨਾਲ ਮੈਨੂੰ ਬਹੁਤ ਆਰਾਮਦਾਇਕ ਸੀਟ ਮਿਲ ਗਈ ਖਿੜਕੀ ਦੇ ਕੋਲ ਕੰਫਰਟੇਬਲ ਹੁੰਦਾ ਹੈ ਆਰਾਮਦਾਇਕ ਵੈਨ ਦਾ ਟ੍ਰੇਨ ਮੂਵਡ ਜਦ ਟ੍ਰੇਨ ਚੱਲੀ ਇਟ ਵਾਸ ਪਲੇਜ਼ਰ ਟੂ ਸੀ ਦਾ ਟ੍ਰੀਜ਼ ਹਾਊਸ ਐਂਡ ਇਲੈਕਟ੍ਰਿਕ ਪੋਲ ਰਨਿੰਗ ਬੈਕਵਰਡਸ ਅਤੇ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਪਲਾਜ਼ਰ ਹੁੰਦਾ ਹੈ ਖੁਸ਼ੀ ਕਿੰਨਾ ਨੂੰ ਦੇਖ ਕੇ ਖੁਸ਼ੀ ਹੋਈ ਜਿਹੜੇ ਟਰੀ ਸੀ ਹਾਊਸਿਸ ਜਿਹੜੇ ਕਾਰ ਤੇ ਇਲੈਕਟ੍ਰਿਕ ਪੋਲ ਮੀਨਸ ਬਿਜਲੀ ਦੇ ਖੰਭੇ ਜਿਹੜੇ ਕੀ ਪਿੱਛੇ ਨੂੰ ਜਾ ਰਹੇ ਸੀ ਰਨਿੰਗ ਬੈਕਵਰਡ ਮੀਨਸ ਜਿਹੜੇ ਕੀ ਪਿੱਛੇ ਨੂੰ ਜਾ ਰਹੇ ਸੀ ਕਿ ਮੀਨਸ ਕੀ ਪਿੱਛੇ ਨੂੰ ਪੱਜ ਰਹੇ ਸੀ ਤੁਸੀਂ ਵੀ ਕਦੇ ਦੇਖਿਆ ਹੋਏਗਾ ਜਦੋਂ ਟ੍ਰੇਨ ਚੱਲਦੀ ਹੈ ਤੇ ਜਿਹੜੀਆਂ ਚੀਜ਼ਾਂ ਉਹ ਸਾਰੀਆਂ ਪਿੱਛੇ ਨੂੰ ਜਾ ਰਹੀਆਂ ਦਿਖਦੀਆਂ ਹੁੰਦੀਆਂ ਉਹਨੂੰ ਕਹਿੰਦੇ ਨੇ ਰਨਿੰਗ ਬੈਕਵਰਡਸ ਦੈਟ ਟ੍ਰੇਨ ਸਟਾਪਡ ਐਟ ਸਮਾਲ ਸਟੇਸ਼ਨਸ ਫਾਰ ਅ ਵੈਰੀ ਸ਼ਾਰਟ ਟਾਈਮ ਸਟਾਪਡ ਹੁੰਦਾ ਰੁਕਣਾ ਤੇ ਸਮਾਲ ਸਟੇਸ਼ਨ ਜਿਹੜੇ ਛੋਟੇ-ਛੋਟੇ ਸਟੇਸ਼ਨ ਹੁੰ ਜਿਸ ਤਰ੍ਹਾਂ ਕਿ ਕੁਝ ਪਿੰਡ ਇਹ ਜਾਈ ਆਂਦੇ ਹੋਣਗੇ ਜਿੱਥੇ ਟ੍ਰੇਨ ਸਿਰਫ 1-2 ਮਿੰਟ ਤੇ ਲਈ ਹੀ ਖਲੋਂਦੀ ਹੋਵੇਗੀ ਜਿਹੜੀ ਰੇਲ ਗੱਡੀ ਸੀ ਉਹ छोटे स्टेशन से बहुत थोड़ा सा टाइम रुकी बट इट स्टॉप्ड एट अंबाला फॉर हाफ एन आवर पर यह अंबाला दे स्टेशन दे ऊपर आधा घंटा रुकी आई केम डाउन मैं थल्ले आया एंड टुक टी देयर अई जिस तरह टेक अ टी है ना ते टेक दी सेकंड फॉर्म लगी है टूक क्योंकि ਅਸੀਂ ਪਿਛਲੇ ਹਫਤੇ ਗਏ ਸੀਗੇ ਦਿੱਲੀ ਇਸਕਾ ਕਿ ਅਸੀਂ ਵਰਬ ਦੀ ਸੈਕਿੰਡ ਫਾਰਮ ਲਗਾਵਾਂਗੇ ਸਾਰੇ ਐਸੇ ਦੇ ਵਿੱਚ ਤਾਂ ਹੀ ਅਸੀਂ ਲਿਖਿਆ ਹੈ ਆਈ ਕੇਮ ਡਾਉਨ ਕੇਮ ਬੀ ਕਮ ਦੀ ਸੈਕਿੰਡ ਫਾਰਮ ਹੈ ਕਿ ਮੈਂ ਥੱਲੇ ਉਤਰਿਆ ਐਂਡ ਟੁਕ ਟੀ देयर ਅੱਤੇ ਉੱਥੇ ਚਾਹ ਲਈ ਆਫਟਰ ਸਮ ਟਾਈਮ ਦੈ ਟ੍ਰੇਨ ਸਟਾਰਟਡ ਅਗੇਨ ਕੁਝ ਸਮੇਂ ਬਾਅਦ ਜਿਹੜੀ ਰੇਲ ਗੱਡੀ ਸੀ ਉਹ ਦੁਬਾਰਾ ਸਟਾਰਟ ਹੋ ਗਈ ਮੀਨਸ ਕਿ ਦੁਬਾਰਾ ਚੱਲਣ ਲੱਗੀ ਉਨੇ ਦੇ ਕੋ ਇੱਥੇ ਵੀ ਸੈਕਿੰਡ ਫਾਰਮ ਲੱਗਿਆ ਸਟਾਰਟਡ ਐਟ ਲਾਸਟ ਆਖਿਰ ਵਿੱਚ ਆਈ ਰੀਚਡ ਢੱਲੀ ਐਂਡ ਹੈਵਨ ਡਿਸਾਈਨ ਆਫ ਰਿਲੀਵ ਮੈਂ ਦਿੱਲੀ ਪਹੁੰਚ ਗਿਆ ਅਤੇ ਮੈਂ ਆਰਾਮ ਦਾ ਸਾ ਲਿਆ ਤੇ ਬੱਚਿਓ ਇਹ ਸੀ ਸਾਡੀ ਜਰਨੀ ਠੀਕ ਹੈ ਬਾਏ ਟ੍ਰੇਨ ਇਹਦੇ ਵਿੱਚ ਅਸੀਂ ਜਿੰਨੀਆਂ ਵੀ ਲਾਈਨਸ ਲਿਖਾਂਗੇ ਜਿੰਨੇ ਵੀ ਸੈਂਟੈਂਸ ਲਿਖਾਂਗੇ ਸਾਰੇ ਸੈਕਿੰਡ ਫਾਰਮ ਦੇ ਵਿੱਚ ਲਿਖਾਂਗੇ ਵਰਬ ਦੀ ਮੀਨਸ ਕੀ past tense ਦੇ ਵਿੱਚ ਅਸੀਂ ਇਹ ਸਾਰਾ ਪੈਰਾਗ੍ਰਾਫ ਸਾਰਾ 에ਸੇ ਲਿਖਾਂਗੇ ਇਸ ਗੱਲ ਦਾ ਤੁਸੀਂ ਲਿਖਦੇ ਟਾਈਮ ਧਿਆਨ ਜ਼ਰੂਰ ਦਿਓ ਤੇ ਜਿਹੜੇ ਡਿਫਿਕਲਟ ਵਰਡਸ ਨੇ ਉਹਨਾਂ ਦੇ ਮੀਨਿੰਗ ਜ਼ਰੂਰ ਲਰਨ ਕਰਿਓ ਉਹਦੇ ਨਾਲ ਤੁਹਾਨੂੰ ਪੈਰਾ ਲਿਖਣ ਦੇ ਵਿੱਚ ਆਸਾਨੀ ਹੋਵੇਗੀ ਅੱਜ ਕਰਦੀ ਹਾਂ ਕਿ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਹੋਵੇਗੀ ਅਗਰ ਵੀਡੀਓ ਪਸੰਦ ਆਈ ਹੋਵੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਤੇ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ